ਸਰ ਤੁਸੀਂ ਵੀਡੀਓ ਦੇਖੀ ਹੈ, ਤੁਹਾਨੂੰ ਕੀ ਲੱਗ ਰਿਹਾ? ਇਹ ਤਰੀਕਾ ਥੋੜਾ ਵੀ ਉਹ ਨਹੀਂ ਛੱਡਣਾ ਯਾਰ, ਗੱਲ ਨਹੀਂ ਕਿਸੇ ਡਰਾਈਵਰ ਨੇ ਨਾ, ਡਰਾਈਵਰ ਦੀ ਗਲਤੀ ਨਹੀਂ, ਗਲਤੀ ਹੈ ਨਹੀਂ, ਜਲਦੀ ਬੱਸ ਤੇ ਚੜੀਆਂ ਤੁਹਾਨੂੰ ਆਪੇ ਮੰਨ ਲੈ, ਜਲਦੀ ਨਹੀਂ ਹੈ ਮੈਂ, ਕੀ ਹੋਇਆ ਤੁਹਾਨੂੰ? ਕੋਈ ਗੱਲ ਨਹੀਂ, ਮੈਂ ਅਗਰ ਲੱਗ ਜਾਂਦੀ ਫੇਰ ਤਾਂ ਤੁਹਾਡੀ ਗਲਤੀ, ਤੁਸੀਂ ਆ ਗਿਆ ਕਿ ਮੈਂ ਮਰਨਾ ਹੀ ਮਰਨਾ ਵਾ। ਹਾਂਜੀ ਮੈਂ ਬੱਸ ਚੜਨ ਲੱਗੀ ਆ, ਮੇਰਾ ਇੱਕ ਪੈਰ ਬੱਸ ਦੇ ਕੇ ਥੱਲੇ ਆ, ਮੇਰੇ ਇੱਕ ਸਾਥੀ ਬੱਸ 'ਤੇ ਚੜ ਚੁੱਕੀ ਸੀ, ਜਦੋਂ ਮੈਂ ਚੜ੍ਹਨ ਲੱਗੀ ਬੱਸ ਡਰਾਈਵਰ ਨੇ ਬੱਸ ਚਲਾ ਦਿੱਤੀ ਅਤੇ ਮੈਂ ਗਿਰਦੇ ਬੱਚੀ ਉਸ ਟਾਈਮ, ਅਤੇ ਜਦੋਂ ਮੈਂ ਗਿਰਦੇ ਬੱਚੀ ਹਾਂ ਅਤੇ ਸਰ ਮੈਂ ਕੰਡਕਟਰ ਨੂੰ ਸਿਰਫ ਇੰਨਾ ਕਿਹਾ ਤੂੰ ਬਈ ਬੱਸ ਰੋਕੀ ਕਿਉਂ ਨਹੀਂ, ਅਤੇ ਕੰਡਕਟਰ ਤੁਸੀਂ ਅਗਰ ਵੀਡੀਓ ਦੇਖ ਰਹੇ ਹੋ ਤਾਂ ਉਹਦੇ ਵਿੱਚ ਉਹ ਕਹਿ ਰਿਹਾ, ਕਲੀਅਰ ਕਹਿ ਰਿਹਾ ਕਿ ਸਮਰਾਲਾ ਚੌਂਕ ਬੱਸ ਸਟੋਪ ਹੈ ਨਹੀਂ। ਸਰ ਸਮਰਾਲਾ ਚੌਂਕ ਬੱਸ ਸਟੋਪ ਹੈ ਨਹੀਂ, ਬੱਸ ਸਟੋਪ ਹੈਗਾ ਹੈਗਾ ਨਾ, ਫਿਰ ਬੋਲ ਕੇ ਵੀ ਦੱਸੋ ਕਿ ਹੈ ਨਾ ਬੱਸ ਸਟੋਪ ਸੀਗਾ। ਅਤੇ ਮੈਂ ਜਦੋਂ ਚੜ੍ਹਨ ਲੱਗੀ ਉਹਨਾਂ ਨੇ ਬੱਸ ਚਲਾ ਤੀ, ਅਤੇ ਉਹ ਕਹਿੰਦਾ ਉਹਨਾਂ ਨੇ ਮਤਲਬ ਜਿਹੜੀ ਸਵਾਰੀ ਸੀ ਉਹ ਮੇਰੇ ਮਗਰ ਪੈ ਗਈ ਕਿ ਮੈਂ ਪਾਸਪੋਰਟ ਬਣਵਾਉਣ ਜਾਣਾ, ਸਾਨੂੰ ਜਲਦੀ ਹੈ ਤੂੰ ਬੱਸ ਤੋਂ ਉੱਤਰ ਅਤੇ ਅਸੀਂ ਚੜ੍ਹੇ। ਗਲਤ ਉਲਟਾ ਤੁਸੀਂ ਬੰਦੇ ਦੇ ਬਲੇਮ ਲਾਉਂਦੇ, ਉਲਟਾ ਤੁਸੀਂ ਕਹਿੰਦੇ ਤੂੰ ਮਿਸਬਿਹੇਵ ਕੀਤਾ, ਉਹਨੇ ਕੀ ਮਿਸਬਿਹੇਵ ਕੀਤਾ, ਇਹਨੂੰ ਕਹਿੰਦੇ ਮਿਸਬਿਹੇਵ ਕਰਨਾ? ਹੁਣ ਮੈਨੂੰ ਤਾਂ ਬੱਸ 'ਚ ਥੱਲੇ ਲਾ ਕੇ ਵਹਾ, ਤੂੰ ਕਰ ਰਿਹਾ ਉਹ ਕਰ ਰਿਹਾ, ਤੂੰ ਮੈਨੂੰ ਲਾ ਕੇ ਵਹਾ ਥੱਲੇ, ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ 'ਚ ਵਾ ਕੇ ਆ, ਤੇ ਤੈਨੂੰ ਫਿਰ ਪਤਾ ਕਿਹਦਾ ਕੰਮ ਪਿਆ। ਮੇਰੀ ਗੱਲ ਸੁਣ ਲੈ, ਸਾਹਮਣੇ ਕਾਗਜ਼ ਪਈ ਮੇਰੇ, ਤੇਰੀ ਇੱਜ਼ਤ ਕਰਨੇ ਆ ਜਨਾਨੀ ਕਰਕੇ, ਜੇ ਮੈਂ ਲੇਟ ਹੋ ਗਿਆ ਉਹ ਤੂੰ ਟਾਈਮ ਚੁੱਪ ਕਰ, ਇਹੋ ਜਿਹੀ ਨੂੰ ਫਿਰ ਅੱਖ ਸੁਣੀ ਪੈਂਦੀ ਆ। ਬੱਸ ਕਰੋ ਬੱਸ ਕਰੋ ਯਾਰ, ਅਸੀਂ ਘਰੋਂ 7-7 ਵਜੇ ਨਿਕਲੇ ਆ, ਇਹੋ ਜਿਹੇ ਆ ਕੇ ਵਿੱਚ ਆ ਕੇ ਗੰਦ ਪਾਉਣ ਦੇ ਬੈਗ ਲੇਟ ਹੁੰਦੇ ਆ, ਬਸ ਤੋਰੀ ਨਾ ਤੁਸੀਂ, ਮੈਂ ਉਹਨਾਂ ਦੀ ਗੱਲ ਸੁਣੀ ਮੰਗੇ ਫਿਰ ਲਈਏ। ਜਦੋਂ ਸਵਾਰੀ ਨੇ ਮੇਰੇ ਨਾਲ ਮਿਸਬਿਹੇਵ ਕੀਤਾ ਤਾਂ ਕੰਡਕਟਰ ਔਰ ਡਰਾਈਵਰ 'ਤੇ ਵੀ ਥੋੜ੍ਹੀ ਜਿਹੀ ਐਨਰਜੀ ਆ ਗਈ, ਉਹਨਾਂ ਨੇ ਗੱਲ ਨੂੰ ਘੁਮਾਤਾ, ਸਵਾਰੀਆਂ 'ਤੇ ਗੱਲ ਲੈ ਗਏ ਉਹ ਕਿ ਇੰਨੀਆਂ ਸਵਾਰੀਆਂ ਪੂਰੀਆਂ ਕਰਨੀਆਂ ਨਹੀਂ ਤਾਂ ਸਾਰੇ ਬੰਦੇ ਉੱਤਰ ਜਾਓ। ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਕਿ ਸਾਰੇ ਬੰਦੇ ਉੱਤਰ ਜਾਓ ਅਤੇ ਸਵਾਰੀਆਂ ਪੈਨਿਕ ਕਰਨਾ, ਬਈ ਅਸੀਂ ਸਾਰੇ ਖੱਜਲ ਹੋਵਾਂਗੇ ਮੈਡਮ ਤੁਸੀਂ ਥੱਲੇ ਉੱਤਰ ਜਾਓ, ਹੈ ਨਾ। ਅਤੇ ਮੈਂ ਉੱਥੇ ਇਹੀ ਕਹਿ ਰਹੀ ਹਾਂ ਕਿ ਪੁਲਿਸ ਬੁਲਾਓ, ਮੇਰੀ ਵੀਡੀਓ ਬਣਾਈ ਹੈ, ਮੈਂ ਇਹਨੂੰ ਡਿਲੀਟ ਕਰਾਵਾਂ। ਇੰਨੇ ਵਿੱਚ ਉਹ ਜਿਹੜਾ ਬੰਦਾ ਸੀਗਾ, ਇੱਕ ਤਾਂ ਮੇਰੇ ਨਾਲ ਉਹਨੇ ਬਹੁਤ ਜ਼ਿਆਦਾ ਦੇਖੋ ਹਾਂ ਰੂਡਲੀ ਬਿਹੇਵ ਕੀਤਾ, ਪਰ ਦੇਖੋ ਜੇ ਤੁਹਾਡੇ ਵੀ ਫੈਮਿਲੀ ਦੇ ਬੰਦੇ ਕੋਈ ਇੱਦਾਂ ਜਾਣਗੇ ਅਤੇ ਇੱਦਾਂ ਮਿਸਬਿਹੇਵ ਹੋਵੇ ਤਾਂ ਕਿਸ ਤਰ੍ਹਾਂ ਲੱਗੇਗਾ? ਸਰ ਇੱਕ ਪਬਲਿਕਲੀ ਨੰਬਰ ਮੰਗਣਾ ਮੇਰਾ ਕਿੱਥੇ ਤੱਕ ਜਾਇਜ਼ ਸੀਗਾ? ਫਿਰ ਉਸ ਨੰਬਰ ਨੂੰ ਮੀਡੀਆ 'ਤੇ ਚਲਾਉਣਾ ਕਿੱਥੇ ਤੱਕ ਜਾਇਜ਼ ਸੀਗਾ? ਫਿਰ ਜਿਹੜੀ ਟੱਚਿੰਗ ਹੋਈ, ਜਦੋਂ ਮੈਡਮ ਕਹਿ ਰਹੀ ਹੈ ਕਿ ਮੈਨੂੰ ਟੱਚ ਕਿੱਦਾਂ ਕੀਤਾ ਤੂੰ, ਹੈ ਨਾ, ਟੱਚ ਕਰਨਾ ਕਿੱਥੇ ਤੱਕ ਜਾਇਜ਼ ਸੀ? ਸਰ ਮੈਂ ਪੁਲਿਸ ਦੀ ਡਿਮਾਂਡ ਕੀਤੀ ਹੈ, ਉੱਥੇ ਵੀਡੀਓ ਡਿਲੀਟ ਕਰਾਉਣ ਦੀ ਡਿਮਾਂਡ ਕੀਤੀ ਹੈ, ਬੱਸ ਰੋਕਣ ਦੀ ਗੱਲ ਕੀਤੀ, ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸੀਗੀ। ਅਤੇ ਸਾਡੇ ਨਾਲ ਜਿਹੜਾ ਹੋਇਆ, ਮੈਂ ਇੱਕ ਲੇਡੀਜ਼ ਹਾਂ, ਤੁਹਾਨੂੰ ਲੱਗਦਾ ਮੇਰੇ ਨਾਲ ਸਹੀ ਹੋਇਆ ਉੱਥੇ? ਸਰ ਬਾਕੀ ਜਿਹੜੇ ਅਪੋਜੀਸ਼ਨ ਸੀਗੇ ਇੰਨਾ ਮੇਰੇ ਕੰਮ ਤੋਂ ਘਬਰਾ ਗਏ ਨੇ ਕਿ ਇੰਨੀ ਕੁ ਉਹਨਾਂ ਨੇ ਵੀਡੀਓ ਮੇਰੀ ਵਾਇਰਲ ਕਰਵਾਈ ਹੈ, ਉਹਨਾਂ ਨੂੰ ਕੰਮ ਮਿਲਿਆ, ਕੋਈ ਗੱਲ ਨਹੀਂ। ਮੈਨੂੰ ਵੀ ਅੱਜ ਫੀਲ ਹੋ ਰਿਹਾ ਕਿ ਮੈਂ ਬਹੁਤ ਅੱਛਾ ਕੰਮ ਕਰ ਰਹੀ ਹਾਂ, ਜਿਹਨੂੰ ਦੇਖ ਕੇ ਅਪੋਜੀਸ਼ਨ ਇੰਨਾ ਘਬਰਾਇਆ ਪਿਆ ਕਿ ਜਿਹੜੀ ਨੈਤਿਕਤਾ ਦਾ ਉਹਨਾਂ ਨੇ ਇੰਨਾ ਪਤਨ ਕੀਤਾ ਕਿ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਮੈਡਮ ਦਾ ਫੇਸ ਬਰਰ ਕਰੀਏ, ਜਾਂ ਉੱਥੇ ਕੋਈ ਨੋਰਮਲ ਲੇਡੀਜ਼ ਵੀ ਹੋਵੇ ਸਰ ਉਹਦਾ ਫੇਸ ਬਰਰ ਹੋਣਾ ਚਾਹੀਦਾ, ਜਿੱਥੇ ਮੇਰਾ ਨੰਬਰ ਹੈ ਉਹ ਬੀਪ ਵੱਜਣੀ ਚਾਹੀਦੀ ਸੀਗੀ, ਕੁਛ ਵੀ ਨਹੀਂ ਹੋਇਆ ਸਰ। ਅਤੇ ਕੋਈ ਗੱਲ ਨਹੀਂ, ਅਪੋਜੀਸ਼ਨ ਨੇ ਮੈਨੂੰ ਪਾਪੂਲਰ ਹੀ ਕੀਤਾ, ਕੋਈ ਦਿੱਕਤ ਨਹੀਂ। ਸਰ ਹਾਲੇ ਤੱਕ ਉਹਦਾ ਪਤਾ ਨਹੀਂ ਚੱਲਿਆ, ਮੈਂ ਉਹਨਾਂ ਦੇ ਅਗੇਂਸਟ FIR ਕਰਾਈ ਹੈ, ਅਤੇ ਕੋਈ ਗੱਲ ਨਹੀਂ ਬਹੁਤ ਜਲਦੀ ਫੜਿਆ ਜਾਏਗਾ। ਇਹ ਤਾਂ ਲੇਡੀਜ਼ ਲਈ ਵੀ ਇੱਕ ਅੱਛਾ ਉਹ ਬਣਿਆ ਕਿ ਇੱਕ ਸਬਕ ਲੈਣਗੇ
ਜੋ ਵੀ ਸਵਾਰੀਆਂ ਅਗਰ ਜਾ ਰਹੀਆਂ ਉਹਨਾਂ ਦਾ ਬੋਲਣ ਦਾ ਰਾਈਟ ਨਹੀਂ ਬਣਦਾ। ਹਾਂਜੀ, ਉਹਦਾ ਕੀ ਕਾਰਨ ਰਿਹਾ? ਉਹਦਾ ਇੱਕ ਤਾਂ ਕਾਰਨ ਇਹ ਸੀਗਾ ਕਿ ਮੈਂ ਚਾਹ ਰਹੀ ਸੀ ਕਿ ਮੈਂ ਆਪਣੀ ਗੱਲ ਰੱਖ ਪਾਵਾਂ ਕਿ ਮੈਂ ਗਿਰਦੇ ਗਿਰਦੇ ਬਚ ਗਿਆ, ਔਰ ਨਾ ਹੀ ਮੈਂ ਉੱਥੇ ਕੋਈ ਝਗੜਾ ਨਹੀਂ ਸੀ ਚਾਹ ਰਹੀ, ਸ਼ਾਂਤੀ ਨਾਲ ਪੁਲਿਸ ਦੇ ਹਵਾਲੇ ਜਿਹੜਾ ਇਹ ਗਲਤ ਹੋ ਰਿਹਾ ਅੱਜ ਤਾਂ ਮੇਰੇ ਨਾਲ ਹੋਇਆ। ਮੇਰੇ ਵਰਗੀ ਕਿੰਨੀਆਂ ਮੇਰੀਆਂ ਭੈਣਾਂ ਬਜ਼ੁਰਗ ਹੋਣੇ ਆ ਜਿਨ੍ਹਾਂ ਨਾਲ ਹੁੰਦਾ ਹੋਏਗਾ, ਤਾਂ ਉਹ ਰੋਕਣ ਦੀ ਇੱਕ ਮੁਹਿੰਮ ਸੀਗੀ ਮੇਰੀ ਅਤੇ, ਪਰ ਚਲੋ ਇਹ ਉਸ ਤਰ੍ਹਾਂ ਨਹੀਂ ਤਾਂ ਇਸ ਤਰ੍ਹਾਂ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਇਸ ਤਰ੍ਹਾਂ ਕਿਸੇ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ। ਬਿਲਕੁਲ ਜੀ ਬਿਲਕੁਲ, ਮੈਂ ਆਪਣੇ ਟਰਾਂਸਪੋਰਟ ਮਿਨਿਸਟਰ ਲਾਲਜੀਤ ਭੁੱਲਰ ਜੀ ਨੂੰ ਵੀ ਲੈ ਇੱਕ ਕੰਪਲੇਂਟ ਦਊਂਗੀ। ਮੈਂ ਸੀ ਪੀ ਨੂੰ ਕੰਪਲੇਂਟ ਦੇ ਚੁੱਕੀ ਹਾਂ ਇਹਦੇ ਅਗੇਂਸਟ, ਔਰ ਬਣਦੀ ਕਾਰਵਾਈ ਦੀ ਤਾਂ ਮੈਂ ਮੰਗ ਕਰੂੰਗੀ, ਇਹ ਮੇਰਾ ਰਾਈਟ।